ਸੰਭਾਲ ਲੈ ਤੇ ਇੱਕ ਸਦਰ ਆਖਾਂ ਜੇ ਆਪਣੇ ਆਪ ਤੇ ਕੰਟਰੋਲ ਕਰ ਲੈ ਤੂੰ ਬੜਾ ਸੋਹਣਾ ਮਾਤਮੀ ਹੈ ਬਾਦਸ਼ਾਹ ਹੁਸੈਨ ਦਾ ਮੈਂ ਤੈਨੂੰ ਮਾਤਮ ਕਰਦਿਆਂ ਹਲਕੇ ਤੇ ਦੇਖਿਆ ਮੇਰੀ ਜ਼ਿੰਦਗੀ ਗੁਜਰਾਂ ਵਿੱਚ ਗੁਜ਼ਰ ਗਈ ਹੈ ਖੁਦਾ ਜਾਣਦਾ ਅਲੀ ਅਕਬਰ ਦੇ ਕੋਲ ਆਣ ਕੇ ਅਲੀ ਅਕਬਰ ਵੀਰ ਮੇਰੀ ਗੱਲ ਗੌਰ ਨਾਲ ਸੁਣ ਮੈਨੂੰ ਤੇਰੀ ਸ਼ਾਦੀ ਦਾ ਸ਼ੌਕ ਹੈ ਅਕਬਰ ਮੈਂ ਤੇਰੇ ਸਿਰ ਤੇ ਸਿਹਰੇ ਵੇਖਣੇ ਅਕਬਰ ਮੈਨੂੰ ਬਾਬਾ ਨਾਲ ਨਹੀਂ ਲੈ ਜਾਂਦਾ ਅਕਬਰ ਬਾਬੇ ਨੂੰ ਆਪ ਦੇ ਸਵਾਰੀਆਂ ਤੇ ਬਿਆਹ ਨਹੀਂ ਮੈਂ ਤੇਰੀ ਸਵਾਰੀ ਨਾਲ ਭੱਜਦੀ ਹਸਾ ਸ਼ਰਾਬੀਆਂ ਦੀ ਭੀੜ ਚ ਨੰਗੇ ਸੜਕ ਬੇਟਾ ਇਹਨਾਂ ਨੂੰ ਬਾਜ਼ਾਰ ਚ ਲੋਕਾਂ ਪੱਥਰ ਮਾਰਨੇ ਬੇਟਾ ਇਹਨਾਂ ਤੇ ਲੋਕਾਂ ਨੇ ਗਰਮ ਪਾਣੀ ਬਾਜ਼ਾਰ ਚ ਸਕਣਾ ਵਾਹ 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 ਜੀ ਉਹ ਜਵਾਨੀ ਆ ਮਾੜੇ ਉਹ ਜਵਾਨੀ ਆ ਮਾੜੇ ਉਹ ਤੁਹਾਡਾ ਭਲਾ ਹੋਵੇ ਆ ਕਿਸੇ ਗਮ ਵਿੱਚ ਹੀ ਨਾ ਰਹੋ ਔਖਾ ਸੌਖਾ ਰੁਲਣ ਸਹਿ ਵੈਸਾ ਮੇਰਾ ਪੁੱਤਰ ਇਹ ਸ਼ਕਲ ਮੇਰੀ ਅੰਮਾ ਜ਼ਹਰਾ ਹੈ ਮੇਰਾ ਪੁੱਤਰ ਜਿਹੜਾ ਬਾਜ਼ਾਰ ਵਿੱਚ ਮਾਂ ਦੀ ਸ਼ਕਲ ਤੇ ਨੰਗੇ ਸਾਰ ਬੇਟਾ ਲੋਕ ਖੇਸਨ ਜ਼ਹਰਾ ਵੀ ਬਾਜ਼ਾਰ ਚ ਨਾਲ ਆਈ ਆਈ ਜਮਾਤ ਹੋ ਗਈ ਆ ਤਿੰਨੋ ਬੰਚੂਆਂ ਨੀਆਂ ਦੇ ਪਰਦੇ ਉਹਨੇ ਬਹਿਣ ਦੇ ਨੇੜੇ ਆਣ ਕੇ ਆਦਾ ਮਤ ਜਾਈ ਪਹਿਲੀ ਔਰ ਆਖਰੀ ਗੱਲ ਆਈ ਬਸ ਸਬਰ ਕਰ ਅੱਜ ਜਾਵੇ ਅਕਬਰ ਜਿਵੇਂ ਨਿਭੀ ਨਿਭਾ ਲੇ ਸਾਂ ਜੇ ਮੇਰੇ ਤੇ ਕੋਈ ਤਰਸ ਕਰ ਸਕਣਾ ਹੈ ਨਾ ਤਾਂ ਅਕਬਰ ਇੱਥੇ ਟੁਰ ਪੈਰਾਂ ਦੇ ਨਿਸ਼ਾਨ ਲਾ ਜਿਹੜੇ ਹਲਕੇ ਦੇ ਮਾਤਮੀ ਨੌਜਵਾਨ ਬੈਠੇ ਹੋ ਮੈਂ ਬਿਸਮਿਲਲਾ ਕਰਾਂ ਸ਼ਤਰ ਤੇ ਮੈਂ ਜਾਣਨਾ ਤੂੰ ਸਿਰ ਦਾ ਪੁਰਸਾ ਕਰਨਾ ਮੈਂ ਤੇਰੇ ਮਿਜ਼ਾਜ ਬੜੇ ਸੋਹਣੇ ਜਾਣਨਾ ਇਸ ਸ਼ਤਰ ਤੇ ਯਕੀਨਨ ਤੇ ਸਿਰ ਦਾ ਪੁਰਸਾ ਕਰਨਾ ਅੱਲਾਹ ਅਕਬਰ ਧੀਆਂ ਦੇ ਪਰਦੇ ਹੋ ਗਏ ਜੀ ਬਾਬਾ ਜਵਾਨੀ ਅੰਮਾ ਨੇ ਅੱਲਾ ਜਾਣਦਾ ਅਲੀ ਅਕਬਰ ਟੁਰਦਾ ਆਉਂਦਾ ਹੈ ਪਿੱਛੇ ਪੈਰ ਕਦੇ ਨਹੀਂ ਆਉਂਦੀ ਹੈ ਚੰਦ ਕਦਮ ਸੈਯਦਾਦਾ ਚਾਹ ਕੇ ਅਲੀ ਅਕਬਰ ਰੁਕਿਆ ਹੈ ਹੱਥ ਜੋੜ ਕੇ ਅਭੀ ਹੋਰ ਲਾ ਦੇ ਜਿਤਨੀ ਦੇਰ ਤੱਕ ਨਿਸ਼ਾਨ ਰਾਸ਼ਨ ਉਤਨੀ ਦੇਰ ਤੱਕ ਭੈਣ ਰਾਸ਼ਨ ਅਕਬਰ ਪੈਰਾਂ ਦੇ ਨਿਸ਼ਾਨ ਮਿਟ ਜਾ ਰਹੇ ਨੇ ਭੈਣ ਦੀ ਜ਼ਿੰਦ
کسی کو پانی ہے تے منہ تے گھٹ پاؤ او میرے منہ کھول دے پاؤ کھول چل شکر ہے پتر تین چولی تو پا لیا نا کسی تینوں کسی پیار تے کیتا ہے نا تینوں کسی پانی تے پلا دیتا ہے نا جناب ایک روایت پڑھنا چلو نہیں پڑھتا نہیں پڑھتا نہیں 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 نہ نہ دیکھو اے دیکھو اے دیکھو جوانیاں مانو نہیں میری ذہن تے آ گئی ہے میں تہاڈے اگے ہاتھ جوڑنا پیا اے دیکھو میرے ایویں منہ دے وچ آ گئی میں ہاتھ جوڑنا میں معافی مانگنا تہاڈے کولوں مینوں قرآن دتیاں پاراں دی قسم ہے کربلا تو لے کے شام تک حسین دی دھی نوں خاردار طور تے مار ماریا Yeah.
बाबा जी बाबा जी बाबा तेरे दुआ दे हाथ उठे साईं बाहर के पीछे कर बाबा दुआ मग कोई धी यतीम ना हो। बाबा कहीं दिया मावा न मरे बाबा आज पर
Bye-bye.
ਓ ਮੇਰਾ ਪੁੱਤਰ ਤੇਰੇ ਤੇ ਖੇਡਣ ਦੇ ਦੇਣੇ ਨਾ ਲਾ ਜਾਣਦਾ ਹੈ ਜੀ ਵੱਡੀ ਫੁੱਫੀ ਆਈਏ ਕੋਈ 17 ਛੋੜਦਾ ਪਿਆ ਮਸਾਇਕ ਹੁਣ ਪੜਨ ਲੱਗਾ ਪਿੱਛੇ ਤਮਹੀਦ ਆਈ ਮਸਾਇਕ ਹੁਣ ਪੜਨ ਲੱਗਾ ਨਾਰਾਜ਼ ਨਾ ਹੋਵੀ ਅਗਰ ਕੋਈ ਮਰੀਜ਼ ਬੈਠਾ ਹੈ ਬੇਸ਼ੱਕ ਮਜਲਿਸ ਤੋਂ ਉੱਠ ਸਕਦਾ ਹੈ ਮੈਂ ਇਜਾਜ਼ਤ ਪਿਆ ਦੇਣਾ ਅਗਰ ਕੋਈ ਦਿਲ ਦਾ ਮਰੀਜ਼ ਬੈਠਾ ਹੈ ਉੱਠ ਜਾਏ ਮੈਂ ਇਜਾਜ਼ਤ ਪਿਆ ਦੇਣਾ ਅੱਲਾ ਜਾਣਦਾ ਹੈ ਮੈਂ ਰਾਜ਼ੀ ਹੋ ਗਿਆ ਦਾ ਪਿਆ ਜੇ ਕੋਈ ਮਰੀਜ਼ ਹੈ ਤੇ ਉੱਠ ਜਾਏ ਤੇਰੀਆਂ ਧੀਆਂ ਦੇ ਪਰਦੇ ਹੋਣੇ ਵੱਡੀ ਫੁੱਫੀ ਆੜ ਗਿਆ ਜੀਏ ਮੈਨੂੰ ਮਿਲ ਆਦੀ ਅੰਮਾ ਤੈਨੂੰ ਇਵੇਂ ਨਹੀਂ ਮਿਲਣਾ ਚਾਚਾ ਅਬਾਸ ਮੇਰੇ ਕਰੀਬਾ ਜਾਣਦੇ ਮੈਂ ਜ਼ਾਕਰਾਂ ਵਾਲੇ ਕੰਮ ਕਦੇ ਨਹੀਂ ਕੀਤੇ
मैं बलि ते बालन पाण वाला दाखिर नहीं, मैं तुहाडा एहसास है, तुहाडे नाल ही ते मेरी जिंदगी, मैं तुहानू मारन आया कोई ना, ना मेरा मकसद ही नहीं, मेरी ते जिंदगी गुजर गई है, इस वक्त ने बाद मौत है, मैं तुहानू मार के होर केड़ा वक्त लैणा, ना मैं तो तुहाडियां जुतियां दा नौकर है, तेरे इश्क दी नमाज है, मैं की करा, मैं तो बड़ा संभल संभल के पढ़दा पिया परदेदार मुख गए हजरत अब्बास नेड़े आन के आदन पुत्र आ मैनु मिल अदे चाचा एक वारी बैठ मैं तेरे बाजू चमला आज मंगन आया बैठा है अल्लाह जान गए इंदे पास सजाद आया है भैन मैनु मिल फरमाया सजाद मैनु अपनियां अखियां चमा मरन वैसे बाद अली अकबर आया है आ भैन मैनु मिल अदिए अली अकबर जरा सीने तो कपड़ा हटा मैं पंगा वेखना है तेरा है जदि हाय ने निकल गई इंदे बाद हसन दा यकीन आया है ਸਾਹਮਣੇ ਰੋਏ